चलो स्टार्ट। हाँ जी हुण दसो नाथ वाली गल। ਉਹਨਾਂ ਕੋਲ ਮੈਂ ਜਾਂਦਾ ਸੀ ਜੀ ਤੇ ਮੈਂ ਕੌਡੀਵਾਂ ਦਾ ਪੁੱਤ ਹਕਾਰ ਲੱਗਦੀ ਜੀ ਜੋ ਹੁਣ ਕਈ ਵੀ ਮਾਇਆ ਕਰਦਾ ਮੈਂ ਜਾਫੀ ਆ ਮੈਂ ਫੜਦਾ ਮੰਨਣੀ ਜੀ ਕਹਿੰਦਾ ਕੂਤਰ ਬਾਜੀ ਆ ਮਖਾਮ ਬਾਬਾ ਕਹਿੰਦਾ ਤਦੇ ਨਾਖੀ ਵੀ ਮੈਂ ਜਿੱਤੂੰਗਾ ਤੇ ਮੈਂ ਕਰੂੰਗਾ ਬਾਜੀ ਜਿੱਤ ਗਿਆ ਜੋ ਮਰਜ਼ੀ ਕਹੀ ਜਾਏ ਜੀ ਭਾਈ ਨਾ ਮੈਂ ਹੁਣ ਵੀ ਕੋਈ ਕਹਿ ਦੇ ਕਹਿੰਦਾ ਭਾਂਡੇ ਕਰਦਾ ਤਾਂ ਮੈਂ ਆਖਾ ਰੱਖੀ ਨਹੀਂ ਜੀ ਮੈਂ ਨਹੀਂ ਆਉਂਦਾ ਵੀ ਮੈਂ ਐਂ ਕਰੂੰ ਜੀ ਬਿਲਕੁਲ ਨਹੀਂ ਮਰੋਂ ਦਾ ਤੂੰ ਜਿੱਤ ਕੇ ਬਾਈ ਜੋ ਮਰਜ਼ੀ ਕਹੀ ਮੈਂ ਫੇਰ ਨਹੀਂ ਕਹਿੰਦਾ ਜੀ ਵੀ ਮੈਂ ਐਂ ਕੀਤਾ ਕਿਸੇ ਨੂੰ ਉਹਦਾ ਮੂਹਰੇ ਆ ਜਾਣਾ ਲੋਕਾਂ ਦੇ। ਇੱਕ ਤੁਸੀਂ ਦੱਸਿਆ ਸੀ ਵੀ ਲਾਲ ਪਾਣੀ ਤੁਹਾਡਾ ਹਨਾ ਉਹ ਨਹੀਂ ਮੈਂ ਦੱਸਦਾ ਸੀ। ਹਾਂਜੀ ਉਹ ਜਿਹਨੇ ਤੁਹਾਨੂੰ ਦੱਸਿਆ ਸੀ ਸ਼ਾਇਦ ਕੋਈ ਪਤਾ ਨਹੀਂ ਕਿਹਦਾ ਨਾਂ ਲਿਆ ਸੀ ਨਾਥਾਂ ਦੇ ਸ਼ਾਇਦ ਤੁਸੀਂ ਕਿਹਨੇ ਨੰਗਲ ਨਹੀਂ ਮਾਨਸਾ ਕੋਲੇ ਪਿੰਡ ਜੀ ਉਹ ਨਾਥ ਉੱਥੋਂ ਦੇ ਸੀ ਜੀ ਉਹਦਾ ਕੋਈ ਗੁਰੂ ਇਹੋ ਜਿਹਾ ਸੀ ਜੀ ਜੀਵਨ ਨੇ ਕਹਿ ਦੋ ਤੈਨੂੰ ਜਾਂ ਪਰਵਾਹ ਨਹੀਂ ਉਹ ਮੈਨੂੰ ਦੱਸਦੇ ਪਤਾ ਨਹੀਂ ਬੰਦਾ ਕਿੰਨੇ ਕੁ ਗੁਜ਼ਾਰੇ ਹੋ ਜਾਂਦੇ ਜੇ ਕੋਈ ਉਹਦੀ ਗੱਲ ਆਪਾਂ ਉਲਟ ਕੇ ਗਈ ਉਹਨੇ ਕਦੇ ਮੂੰਹੋਂ ਨਿਕਲ ਗਈ ਉਹ ਜਾਂ ਕੁਛ ਨਹੀਂ ਉਦੋਂ ਉਜੜ ਜਾਂਦੇ ਜੀ ਜੀ ਉਹ ਲਾਲ ਪਾਣੀ ਉਹ ਦਿੰਦਾ ਹੀ ਨਾਥ ਨੰਗਲ ਦਾ ਜਿਹਦਾ ਉਹਦਾ ਗੁਰੂ ਕੂਤ ਛੱਡਦਾ ਹੀ ਬਾਜੀਆਂ ਹੀ ਬਾਦਲਾਂ ਮੈਂ ਵੀ ਛੱਡਦਾ ਹੀ ਸਾਡੇ ਇਕੱਠੇ ਹੁੰਦੇ ਜਾਣੀ ਉਹ ਨਾਲ ਹਰੇ ਗਿਆ ਮੇਰੇ ਨਾਲ ਉਹਨੂੰ ਸਾਡੀ ਸਾਂਝੀ ਹੁੰਦੀ ਸੀ ਪਰ ਬਹਿ ਕੇ ਹਰਦਾ ਹੀ ਮੇਰੇ ਨਾਲ ਮੈਂ ਕਹਿੰਦਾ ਜਿੱਦਾਂ ਜਾਣੀ ਮੈਂ ਅਸੀਂ ਵੰਡ ਲੈਂਦੇ ਜੀ ਬਾਦਲ ਮੈਨੂੰ ਕਹਿੰਦਾ ਇਉਂ ਕਰ ਪਾਣੀ ਲਾਲ ਪਾਣੀ ਮੈਨੂੰ ਦੇ ਤੂੰ ਇਹ ਹਰਦਾ ਹੀ ਉਹਦੇ ਹੁਣ ਮੈਂ ਇਹਨੂੰ ਕਾਹਦਾ ਦੇਣਾ ਹੀ ਲੁੱਛੜ ਪੂਰਾ ਜੀ ਮੈਂ ਉੱਥੇ ਜਾ ਕੇ ਗਿਆ ਉਹਨੇ ਫਿਰ ਮੇਰਾ ਉਹਦੇ ਨਾਲ ਦੇ ਗੁਰੂ ਦੇ ਮੂਹਰੇ ਨੇਮ ਪਾਇਆ ਕਹਿੰਦਾ ਬੇਟਾ ਬਣਾ ਕੇ ਦੇ ਦੀ ਜੀ ਦੱਸੀ ਜੀ ਜੇ ਦੱਸੇਗਾ ਵੀ ਤੇਰਾ ਵੇਖ ਲਾ ਉਹ ਫਿਲਹਾਲ ਮੇਰੇ ਮਰੇ ਮੇਰੇ ਉਹ ਗਈ ਟੋਨੀ ਨੂੰ ਦੱਸਿਆ ਮੈਂ ਟੋਨੀ ਕਹਿੰਦਾ ਫੱਪੜਾ ਮਾੜਾ ਆਇਆ ਮੈਂ ਬਈ ਤੇਰਾ ਕੋਈ ਕਸੂਰ ਨਹੀਂ ਜੀ ਇਹ ਮੈਨੂੰ ਨਾ ਮੇਰੇ ਦੋ ਮੁੰਡੇ ਆ ਤੁਸੀਂ ਜੀ ਬੁਮਾ ਟੋਨੀ ਤੈਨੂੰ ਅੱਗੇ ਪਾਣੀ ਦਾ ਤੂੰ ਦੋ ਦਿਨ ਜਿੱਤਿਆ ਤੇਰੇ ਦੋ ਮੁੰਡੇ ਮੇਰਾ ਪਰਿਵਾਰ ਆ ਜੀ ਫੱਪੜਾ ਐਂ ਕਿਉਂ ਕਰਦਾ ਦੂਜੇ ਤੇ ਜਿਹਨੇ ਫੋਨ ਲਾ ਦੇ ਇੱਥੇ ਦੀ ਭੂਆ ਹੀ ਮੇਰੇ ਮੂੰਹੋਂ ਨਿਕਲ ਗਿਆ ਕਿਸੇ ਨੂੰ ਮੈਂ ਸਾਖਾਂ ਲੈ ਲਈ ਗੱਲ ਜੀ ਮੇਰਾ ਪੋਤ ਮੇਰੇ ਭਾਅ ਜੀ ਬਣ ਕੇ ਪੋਤਾ ਮਰ ਗਿਆ ਮੁੰਡਾ ਮਰ ਗਿਆ ਹੁਣ ਆਹ ਮਰ ਗਿਆ ਉਹ ਮੇਰੇ ਮਨ 'ਚ ਗਈ ਅਤੇ ਕੰਜਰਾ ਤੇਰੇ ਮੂੰਹ ਨਿਕਲ ਜਾ ਵਾਹਣ ਹੋ ਗਿਆ ਜੀ ਹੋਰ ਆਏ ਤਾਂ ਉਹਨੇ ਥੋੜ੍ਹਾ ਮੈਂ ਕਿਹਾ ਤੇਰਾ ਕੋਈ ਕਸੂਰ ਨਹੀਂ ਹੁਣ ਮੇਰਾ ਤੇਰਾ ਕਾਹਦਾ ਜਿਹੜੀ ਮੇਰੇ ਮੂੰਹ ਨਿਕਲ ਗਈ। ਦੋਸਤੋ ਬਜ਼ੁਰਗਾਂ ਨੂੰ ਇੱਕ ਨਾਥ ਸੀ ਮੰਨੇ ਪਰਮੰਨੇ ਉਹਨਾਂ ਨੇ ਇੱਕ ਪਾਣੀ ਦਿੱਤਾ ਸੀਗਾ ਉਹਨਾਂ ਨੇ ਕਿਹਾ ਸੀ ਪਰ ਕਿਸੇ ਨੂੰ ਦੱਸਣਾ ਨਹੀਂ ਸੋ ਇਹਨਾਂ ਨੇ ਇੱਕ ਦੋਸਤੀ ਦੇ ਨਾਤੇ ਜੋ ਬਾਈ ਟੋਨੀ ਆਸਟ੍ਰੇਲੀਆ ਵਾਲਾ ਉਹਨੂੰ ਉਹਨਾਂ ਨੂੰ ਪਾਣੀ ਦੱਸ ਦਿੱਤਾ ਅਤੇ ਸੋ ਅੱਜ ਇਹ ਕਹਿੰਦੇ ਆ ਵੀ ਮੇਰੇ ਉਹ ਦਿਲ 'ਚ ਹੈ ਹੈ ਨਾ ਉਸੇ ਦਿਨ ਹੀ ਤੁਹਾਡਾ ਪੋਤਾ ਜਾਂ ਪੁੱਤ ਮਰ ਗਿਆ ਸੀ ਨਹੀਂ ਪਹਿਲਾਂ ਮੇਰਾ ਪੋਤਾ ਮਰਿਆ ਪੋਤਾ ਦੀ ਡੈਥ ਹੋ ਗਈ ਸੀ ਅਤੇ 5 ਮਹੀਨੇ ਕਿ ਮੇਰਾ 6 ਮਹੀਨੇ ਕਿ ਮੇਰਾ ਮੁੰਡਾ ਮਰ ਗਿਆ ਤਾਂ ਪਿਓ ਜੀ ਅਤੇ ਹੁਣ ਮੇਰਾ ਪੋਤਾ ਫਿਰ ਮਰ ਗਿਆ ਅੱਜ 4 ਤਰੀਕ ਦਾ ਜੀ ਇਹ ਤੁਸੀਂ ਮੰਨਦੇ ਹੋ ਵੀ ਜਿਹੜਾ ਉਹ ਪਾਣੀ ਦੱਸਤਾ ਸੀਗਾ ਨਹੀਂ ਮੂੰਹੋਂ ਨਿਕਲ ਗਿਆ ਉਹ ਮੇਰੇ ਮਨ 'ਚ ਜਾਂਦੀ ਮਨ 'ਚ ਜਾਂਦੀ ਹਾਂ ਵੀ ਬਜ਼ੁਰਗਾਂ ਦੇ ਮਨ 'ਚ ਜਾਂਦੀ ਹੈ ਯਾਰ ਵੀ ਮੇਰੇ ਨਾਥਾਂ ਨੇ ਮੈਨੂੰ ਕਿਹਾ ਵੀ ਆਹ ਹੋ ਜੇ ਤੂੰ ਦੱਸੇਗਾ ਕਿਤੇ ਵਾਹਣ ਨਾ ਕਰਾ ਜੀ ਉਹ ਮੇਰੇ ਮਨ 'ਚ ਜਾਂਦੀ ਵੀ ਕੰਜਰਾ ਮੂੰਹੋਂ ਨਿਕਲ ਗਿਆ ਤਾਂ ਆਹ ਗੱਲ ਹੋਈ ਕਿ ਨਹੀਂ ਜੀ ਹੋਰ ਉਹਦਾ ਕਹਿੰਦਾ ਕਸੂਰ ਵਿਚਾਰੇ ਦਾ ਜੀ ਕਸੂਰ ਤਾਂ ਮੇਰਾ ਉਹ ਮੈਨੂੰ ਫੋਨ ਲਾਉਣ ਯਾਰ ਦੇ ਦੂਜੇ ਤੀਜੇ ਲਾਈ ਰੱਖਣਾ ਜੀ ਮੇਰੇ ਅੱਕੇ ਜੀ ਮੂੰਹ ਐਵੇਂ ਕੁਝ ਪੈਸੇ ਦੇ ਨਿਕਲ ਜੀ ਮੈਂ ਚੱਲ ਫਿਰ ਉਹ ਆਹਦਾ ਆਪਣਾ ਮਾੜਾ ਮੈਂ ਤੇਰਾ ਕੋਈ ਕਸੂਰ ਨਹੀਂ ਪੁੱਤ ਇਹ ਕਸੂਰ ਮੇਰਾ ਹੀ ਆ ਜੀ ਤੇਰਾ ਕਾਹਦਾ ਕਸੂਰ ਆ ਜੀ ਜਿਹੜੀ ਮੇਰਾ ਕਸੂਰ ਮੇਰੇ ਅੱਗੇ ਆ ਗਿਆ ਜੀ ਬਾਕੀ ਤੁਸੀਂ ਇੱਕ ਜ਼ਿਕਰ ਕੀਤਾ ਸੀਗਾ ਬਾਬਾ ਜੀ ਭੱਚਰ ਮੱਲ ਦਾ ਹੈ ਨਾ ਕੀ ਤੁਸੀਂ ਤੁਹਾਡੇ ਗੁਰੂ ਉਹ ਸੀ ਬਾਬਾ ਜੀ ਭੱਚਰ ਮੱਲ ਮੈਂ ਤਾਂ ਜੰਮਿਆ ਵੀ ਨਹੀਂ ਸੀ ਅੱਛਾ ਉਦੋਂ ਜੰਮੇ ਮੇਰਾ ਪਿਓ ਸੀ ਚੇਲਾ ਉਹਦਾ ਤੁਹਾਡੇ ਫਾਦਰ ਸਾਹਿਬ ਉਹਦੇ ਚੇਲੇ ਸੀ ਬਾਬਾ ਜੀ ਭੱਚਰ ਮੱਲ ਇੱਕ ਮੇਰਾ ਪਿਓ ਜੀ ਇੱਕ ਡੋਲੀ ਕੀ ਨਾਮ ਸੀ ਤੁਹਾਡੇ ਫਾਦਰ ਸਾਹਿਬ ਮਨਾਗਰ ਸਿੰਘ ਮਨਾਗਰ ਸਿੰਘ ਹਾਂ ਇੱਕ ਸੀ ਸੰਤਾ ਡੋਲੀ ਵਾਲਾ ਜੀ ਇੱਕ ਸੀਗਾ ਭਾਗ ਕਿਰੇ ਵਾਲਾ ਜੀ ਮੇਰਾ ਪਿਓ ਤਾਂ ਐਂ ਦੱਸ ਦਿੰਦਾ ਵੀ ਇਹਨੂੰ ਛੱਡ ਨੂੰ ਜਿੱਤ ਨੂੰ ਬਾਹਰ ਨਾ ਛੱਡਿਆ ਜੀ ਜੀ ਬੈਠਾ ਐਂ ਦੱਸਦਾ ਜੀ ਜੀ ਵੀ ਇਹਨੂੰ ਪੁੱਤ ਛੱਡ ਲਾ ਬਾਈ ਜਿੱਤੂ ਭਾਰ ਨਾ ਛੱਡੀ ਜੀ ਇੱਥੇ ਸਾਡੇ ਲੋਕ ਜਾਂਦੇ ਸੁੱਚਾ ਉਹਨੂੰ ਲੈ ਕੇ ਜਾਂਦੇ ਘਰੇ ਉਹਨੇ ਦਾਦੇ ਨੇ ਵਿਆਹ ਛੱਡ ਲਾ ਨਾ ਛੱਡੀ ਜੀ ਇੱਥੇ ਮਾੜੀ ਬਾਜੀ ਚੰਨੂ ਵਾਲਿਆਂ ਨਾਲ ਉਹਨੇ ਬਾਬਿਆਂ ਲਿਆ ਉਹਨੇ ਉਹਦਾ ਇਉਂ ਕਰ ਸੋਚਿਆ ਕਹਿੰਦਾ ਹਾਂ ਬਾਬਾ ਕਹਿੰਦਾ ਆਹ ਛੱਡ ਲੈ ਜੇ ਤੂੰ ਆ ਨਾ ਛੱਡੀ ਜੀ ਇਹਦਾ ਮਤਲਬ ਤੁਹਾਡੇ 150 ਸਾਲ ਹੋ ਗਿਆ ਘਰੇ ਕਬੂਤਰਾਂ ਨੂੰ 90 ਸਾਲ ਦੀ ਉਮਰ ਤੁਹਾਡੀ ਹੋ ਗਈ ਨਹੀਂ ਸਾਡੇ ਬੁੜੇ ਦੀ ਪਹਿਲਾਂ ਵੀ ਸੀ ਉਸ ਤੋਂ ਪਹਿਲਾਂ ਪੜਦਾਦੇ ਦੇ ਪਿਓ ਦੇ ਸੀ ਪਿਓ ਦੇ ਜੀ ਹਾਂ ਮਤਲਬ ਮੰਨ ਕੇ ਚੱਲੋ ਜੀ 150 ਸਾਲ ਹੋ ਗਿਆ ਬਾਬਾ ਜੀ ਨੂੰ ਮੇਰਾ 85 ਸਾਲ ਦਾ ਮਰਿਆ ਹੋ ਗਿਆ ਜੀ ਹਾਂ ਉਦੋਂ ਪਹਿਲਾਂ ਜਦੋਂ ਗੱਭਰੂ ਦੇ ਰੱਖੇ ਵੀ ਸੀ ਕੋਈ ਤਾਂ ਜੰਮੇ ਨੂੰ ਨਹੀਂ ਸੀ ਮਤਲਬ ਜਿਹੜਾ ਕੋਈ ਖੇਡ ਪਾਣੀ ਸੀ ਉਹਨਾਂ ਟਾਈਮਾਂ 'ਚ ਵੀ ਬਾਜੀਆਂ ਉੱਡਦੀਆਂ ਸੀ ਹਾਂ ਅਤੇ ਉਹ ਕਦੇ ਗੱਲ ਸੁਣਾਈ ਹੋਵੇ ਜਿਹੜੇ ਕਬੂਤਰ ਚੱਲੇ ਸੀ ਬਾਬਾ ਜੀ ਜਮੀਤਾ ਨਿੰਗ ਹੈ ਨਾ
ਉਹਨਾਂ ਦੀ ਕੋਈ ਗੱਲ ਹਿਸਟਰੀ ਉਹਨਾਂ ਕੋਲੇ ਕਬੂਤਰ ਆਏ ਸੀ ਕਿਹਨੇ ਲਿਆਂਦੇ ਕਬੂਤਰ ਮੈਂ ਦੱਸਦਾ ਜੀ ਉਦੋਂ ਭੱਠੀਆਂ ਨਹੀਂ ਦਾਣੇ ਭੁੰਨੀਆਂ ਸੀ ਉਦੋਂ ਭੱਠੀਆਂ ਵਾਲਾ ਕਰਦੇ ਨਹੀਂ ਸੀ ਕਬੂਤਰ ਜੀ ਉਹਨਾਂ ਦਿਨਾਂ ਚ ਜੀ ਉਸ ਹੁਣ ਤਾਂ ਦਿਨ ਕਰਦੇ ਉਹਨਾਂ ਦਿਨਾਂ ਚ ਹਾਰ ਜਿੱਤ ਹੋ ਜਾਂਦੀ ਉਹ ਮਾਗ ਚ ਬਹਿ ਕੇ ਹਰਦੇ ਕਬੂਤਰ ਜੀ ਉਦੋਂ ਉਹਨਾਂ ਲੋਕਾਂ ਖੇਡ ਵੀ ਨਹੀਂ ਸੀ ਨਾ ਜੀ ਇਹ ਤਿੰਨਾਂ ਕੋਲੇ ਖੇਡ ਸੀਗੀ ਜੀ ਉਹ ਫਿਰ ਮੈਨੂੰ ਤਾਂ ਪਿਓ ਦੱਸਦਾ ਵੀ ਐਂ ਜੋਖ ਮੇਰੇ ਸਾਹਮਣੇ ਜੋਖਦਾ ਰਿਹਾ ਜੀ ਫਿਰ ਛੱਡਣਾ ਜੇ ਉਹਨੇ ਵੇਖਣਾ ਵਜਨ ਨਹੀਂ ਬਾਬਾ ਜੀ ਭੱਜਰ ਮੱਲ ਜੋਖਦੇ ਹੁੰਦੇ ਸੀ ਕੰਡੇ ਚ ਭੱਜਰ ਮੱਲ ਨੇ ਕੰਡੇ ਚ ਕਬੂਤਰ ਜੋਖਣੇ ਜਿੱਥੋਂ ਇਹਨਾਂ ਨੂੰ ਸਿਖਾਇਆ ਜੀ ਉਹਨੇ ਹੁਣ ਵੇਖਿਆ ਵੀ ਅੱਧੇ ਕਿਲੋ ਦਾ ਜੀ ਉਹਨੂੰ ਉਡਾਉਣ ਲੱਗ ਗਿਆ ਜੀ ਉਹਨੇ ਆ ਕੇ ਵੇਖਣਾ ਵੀ ਘਟਿਆ ਨਹੀਂ ਬਦਾਮ ਨਹੀਂ ਚਾੜਦੇ ਨਹੀਂ ਚਾੜਦੇ ਜਿਹੜਾ ਘਟਦਾ ਸੀ ਉਹਨੂੰ ਚਾੜ ਇਹਨੇ ਆਖਿਆ ਵੀ ਛਡਾਂਗੇ ਦਾ ਰਹੇਗਾ ਜੀ ਤੇ 100 ਗ੍ਰਾਮ ਉਹਨੂੰ ਚਾੜਦੇ ਜੀ ਫਿਰ ਉਹਨਾਂ ਨੇ ਜਦੋਂ ਉੱਡ ਕੇ ਆਉਣਾ ਉਹਨਾਂ ਦਿਨਾਂ 'ਚ ਕਿਉਂ ਮੇਰੇ ਪਿਓ ਨੇ ਸਾਰਾ ਕੁਝ ਇੱਥੇ ਪਾਣੀ ਦੀ ਬਾਲ ਕੁੰਡਾ ਭਰ ਦੇਣਾ ਇੱਥੇ ਦਾਣੇ ਖਿਲਾਰ ਦੇਣੇ ਜੀ ਜੇ ਤਾਂ ਭੱਜ ਭੱਜ ਦਾਣਿਆਂ ਨੂੰ ਪੈਂਦਾ ਹੀ ਜੀ ਫਿਰ ਤਾਂ ਬਦਾਮ ਵਧਾਉਂਦਾ ਹੀ ਜੀ ਜੇ ਪਾਣੀ ਨੂੰ ਪੈਂਦਾ ਹੀ ਭੱਜ ਕੇ ਬਦਾਮ ਨਾਲ ਦਾਣੇ 'ਚੋਂ ਫਿਰ ਬਦਾਮ ਕਢਾਉਂਦੇ ਜੀ ਬਜ਼ੁਰਗਾਂ ਨੇ ਵੀ ਕੋਈ ਪਾਣੀ ਬਣਾਇਆ ਸੀ ਜਦੋਂ ਬਾਬਾ ਜੀ ਭੱਤਰ ਮੱਲ ਵਾਲਾ ਪਾਣੀ ਹਾਂ ਉਹ ਜਾਂ ਮੈਂ ਉਹ ਮੈਨੂੰ ਦੱਸਿਆ ਜੀ ਪਾਣੀ ਹਾਂ ਇੱਕ ਪਾਣੀ ਫਿਰ ਐਵੇਂ ਕਿਉਂਕਿ ਦੋ ਪਾਣੀ ਮੇਰੇ ਕੋਲ ਆਪਦੇ ਕਿਸੇ ਤੋਂ ਵੀ ਸਿੱਖ ਗਿਆ ਜਾਣੀ ਜੀ ਉਹ ਨਹੀਂ ਕਿਸੇ ਕੋਲ ਬਸ ਜੀ ਤੁਹਾਡੇ ਕੋਲ ਹੀ ਹੈ ਮੈਂ ਨਾ ਵੀ ਤੁਸੀਂ ਦਾ ਇੰਟਰਵਿਊ ਕੋਈ ਪੰਜਾਬ 'ਚ ਮੈਨੂੰ ਪਾਣੀ ਮੇਰਾ ਦੇ ਦੇ ਮੈਂ ਦੇਣ ਦਾ ਜੀ ਜਾਂ ਲਾਲ ਪਾਣੀ ਵੀ ਕੋਈ ਦੇ ਦੇ ਮੈਂ ਤਾਂ ਵੀ ਦੇਣ ਦਾ ਜਿਹੜੇ ਤੁਸੀਂ ਚੇਲੇ ਬਣਾਏ ਸੀ ਅੱਗੇ ਚੇਲੇ ਤਾਂ ਮੈਨੂੰ ਗਿਣੇ ਨਹੀਂ ਜਾਂਦੇ ਤੁਹਾਨੂੰ ਕੀ ਦੱਸ ਬਹੁਤ ਅਣਗਿਣਤੀ ਆ ਕਾਫੀ ਫਲ ਆ ਪੜ ਲਾ ਜੀ ਤੂੰ ਚੇਲੇ ਹੀ ਵੇਖ ਲਾ ਮੈਂ ਤਾਂ ਜਦਾਈ ਨਹੀਂ ਕਰਦਾ ਉਹਨਾਂ ਸਾਰੇ ਚੇਲੇ ਹੀ ਚੇਲਿਆਂ ਦੀ ਹੈ ਜੀ ਲਓ ਜੀ ਨੰਬਰ ਹੀ ਨੰਬਰ ਆ ਸਾਰੇ ਚੇਲਿਆਂ ਦੇ ਆ ਬਾਬਾ ਜੀ ਦੇ ਵੇਖ ਲਓ ਸਾਰੇ ਯੂਪੀ ਜੋਗੀ ਹਰਦੋ ਤੋਂ ਮੈਨੂੰ ਇਸ ਦਿਨ ਕਹਿਣ ਲੱਗਾ ਦੋਕੇ ਤੋਂ ਕਹਿੰਦਾ ਮੈਂ ਆਉਂਦਾ ਤੇ ਆ ਕਾਫੀ ਨਾਂ ਹੈ ਜੀ ਮੈਂ ਦੱਸੀ ਜਾਂਦਾ ਪੜ੍ਹ ਨਹੀਂ ਸਕਦੇ ਜੀ ਤੇ ਸੀਮਾ ਖਾਰਾ ਜੀ 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 ਜੰਟੀ ਜਿਉਂਦ ਜੀ 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 ਟੋਨੀ ਜੀਰਖਪੁਰ ਜੀ ਚਾਨਾ ਧੂੜਕੋਟ ਜੀ ਜੀ ਰਾਜਵਿੰਦਰ ਪੀਰਕੋਟ ਜੀ ਜੀ ਜਸਪ੍ਰੀਤ ਸਮਾਸਰ ਜੀ ਜੀ ਇਹ ਨਾਂ ਤਾਂ ਬਹੁਤ ਆ ਜੀ ਆਪਾਂ ਗੱਲਾਂ ਕਰਦੇ ਚਾਹਵਾਂਗੇ ਭਰਾਓ ਕਿਤੇ ਵੀ ਸਾਡੇ ਨਾਂ ਪੜ੍ਹ ਲਓ ਸਾਰਾ ਭਰਿਆ ਇਹ ਤਾਂ ਸ਼ਾਮ ਹੋ ਜੂਗੀ ਸਾਨੂੰ ਹਾਂ ਸੋਰੀ ਮੰਗਦੇ ਹਾਂ ਨਾ ਗੱਲਾਂ ਕਿਉਂਕਿ ਬਹੁਤ ਵਧੀਆ ਚੇਲੇ ਤਾਂ ਇਨਕੀ ਹਾਂ ਅੱਛਾ ਆਪਣੀ ਗੱਲ ਵਿੱਚ ਰਹਿ ਗਈ ਸੀ ਜਿਹੜਾ ਬਾਬਾ ਜੀ ਜਮੀਤਾ ਸੀ ਮਹਿੰਗਾ ਹਨਾ ਉਹਨਾਂ ਦੀ ਕਦੇ ਤੁਹਾਡੇ ਫਾਦਰ ਸਾਹਿਬ ਨੇ ਗੱਲ ਸੁਣਾਈ ਹੋਵੇ ਵੀ ਉਹਨਾਂ ਕੋਲੇ ਕਬੂਤਰ ਕਿੱਥੋਂ ਆਏ ਸੀ ਨਹੀਂ ਜਾਂ ਕਿੱਥੋਂ ਕੋਈ ਹਿਸਟਰੀ ਦਾ ਪਤਾ ਹੈ ਤੁਹਾਨੂੰ ਦੱਸਦਾ ਜੀ ਐਵੇਂ ਆਪਾਂ ਝੂਠ ਮਾਰੀ ਉਹਨਾਂ ਕੋਲੇ ਲਾਲ ਜੀ ਨੇ ਤਾਂ ਰੱਤੇ ਹੀ ਆਉਂਦੇ ਸੀ ਜੀ ਉਹਨਾਂ ਤੋਂ ਜਮੀਤਰ ਨੇ ਤੋਂ ਕਿ ਜਾਂਦਾ ਬਗਲਾੜੀ ਵਾਲਾ ਕਬੂਤਰ ਲੈ ਲਾਲ ਚੀਨਾ ਜੀ ਇਹ ਕਢਾਈ ਕਢੂਈ ਗਿਆ ਗਿਆ ਜਿੱਥੋਂ ਵੀ ਦੂਜੇ ਬਗਲਾੜੀ ਵਾਲੇ ਬਣਦੇ ਜੀ ਉਹ ਫਿਰ ਮੋੜ ਗਿਆ ਮੜਾ ਕੇ ਲੈ ਗਿਆ ਜੀ 700 ਦਾ ਮੁੱਲ ਫਿਰ ਜਸੀਰ ਬਾਦ ਲੈ ਗਿਆ ਉਤੋਂ ਉੱਥੋਂ ਜੀ ਉਹ ਆਂਡੇ ਉਹਨੇ ਘੜੇ ਉਹਨੇ ਆਂਡੇ ਉਹਨੇ ਤੇ ਖੜਾ ਖੜੂ ਕਿਤੇ ਉਹਨੇ ਫਿਰ ਕਢਾਏ ਉਹਦੇ ਜੀ ਜਿਹੜੇ ਬਗਲਾੜੀ ਵਾਲੇ ਵੱਜਦੇ ਨਾ ਉਹ ਸੀ ਜੀ ਇਹ ਜਿਹੜਾ ਕਬੂਤਰ ਸੀ ਜਿਹੜਾ ਤੂੰ ਹਜ਼ਾਰ ਵਾਲਾ ਨੇ ਪਰ ਤੈਨੂੰ ਰੇਟੀ ਦਾ ਦਿਲ ਮੁੰਡੋ ਸੇਖੇ ਦਾ ਮੁਨਸ਼ੀ ਸਾਡੀ ਇੱਥੇ ਸੇਖਾ ਜੀ ਪੁਰਾਣੇ ਉਦੋਂ ਮੈਂ ਆਹ ਮੁੰਡੇ ਵਾਂਗੂ ਸੀ ਜੀ ਤੇ ਬਗਲਾੜੀ ਵਾਲੇ ਜੰਡ ਦਾ ਚਾਚਾ ਜਗੀਰ ਸੀ ਜੀ ਇਹ ਇੱਥੇ ਆ ਗਿਆ ਮੈਨੂੰ ਕੂੜੀ ਦੇ ਦੇ ਉਹਨੇ ਇਹਨੂੰ ਦੇ ਦਿੱਤੀ ਲੱਖਾਂ ਸੀ ਡਾਂਸ ਵਾਲੇ ਦਾ ਉਹਦੇ ਕੋਲ ਭੂਤ ਕਬੂਤਰ ਇਹਨੂੰ ਭੂਤ ਕਹਿੰਦੇ ਬਾਦਲ ਨੇ ਲੈ ਲਏ ਫੇਮ ਪਾ ਕੇ ਕਟਾ ਕੇ ਪੁਲਿਸ ਤੋਂ ਉਹਦਾ ਪੁੱਤ ਸੀ ਚਿੱਟੀ ਅੱਖਾਂ ਦਾ ਕਾਲੀ ਨੋਕਦਾ ਉਹ ਜਾਂਟੇ ਦਾ ਚਾਚਾ ਜਮੀਰ ਲਿਆ ਉਹ ਜੋੜਾ ਲਾ ਤਾ ਮੁਨਸ਼ੀ ਵਾਲੀ ਉਹਨੇ ਦੋਏ ਕੱਢੇ ਇੱਕ ਮੈਂ ਲਿਆ ਵੱਧ ਵੱਡੇ ਇੱਕ 5 ਗਣੀ 22 ਛੱਡੀ ਬਾਦਲ ਉਹਨਾਂ ਦਾ ਜਿੱਤ ਸਾਡੇ ਨਾਲ ਪੈਸੇ ਲਿਆ ਵੀ ਹਟ ਗਿਆ ਉਹ ਮਰ ਗਈ ਬਾਦਲ ਮੀਰਾ ਵੀ ਹੈ ਮੱਕਰ ਲਈ ਜਿੱਤਿਆ ਉੱਥੇ ਪੈਸੇ ਬਹੁਤ ਸਾਰੇ ਉਦੋਂ ਮੁੜ ਕੇ ਉਹ ਸੱਪ ਨੇ ਮਾਰਤੇ ਦੋਵੇਂ ਹੋਰ ਕਬੂਤਰ ਫਿਰ ਜਸੀਰ ਮੁੱਲ ਲੈ ਗਿਆ ਜੀ ਜਿਹੜਾ ਉਹ ਕਬੂਤਰ 1000 ਵਾਲਾ ਸੀ ਉਸ ਤੋਂ ਵਧੀਆ ਵੀ ਤੁਹਾਡੇ ਕੋਲ ਕੋਈ ਮੰਨਦੇ ਹੋ ਵੀ ਆਹ ਕਬੂਤਰ ਉਸ ਤੋਂ ਵੀ ਵਧੀਆ ਸੀ ਮੇਰਾ ਪਹਿਲਾਂ ਸੀਗੇ ਪਹਿਲਾਂ ਸੀਗੇ ਉਹਨੇ ਵੀ ਇਹਨੇ ਪਹਿਲਾਂ ਹੀ ਬਾਈਆਂ ਜਿੱਦਾਂ ਨੇ ਜੀ ਬਾਈਆਂ ਤੋਂ ਪਹਿਲਾਂ ਕਿਹੜੀ ਨਸਲ ਸੀ ਉਹ ਕਿੱਥੋਂ ਲਏ ਸੀ ਉਹ ਜੀ ਨਸਲ ਕਾਹਦੀ ਬਸ ਆਈ ਲੈ ਗਏ ਤੇ ਜੇ ਮਰ ਗਏ ਮੈਂ ਤੈਨੂੰ ਕਿਹਾ ਵੀ ਮੌਤ ਹੋ ਲਏ ਆ ਉਹ ਹੁਣ ਗਾਹ ਕੀ ਪਤਾ ਕਿਹੜਿਆਂ ਦੇ ਉਦੋਂ ਮੈਂ ਨਰਮੇ ਮੁੰਡਿਆਂ ਨੂੰ ਸੀਗਾ ਮੈਂ ਲੈ ਕੇ ਜਾਣ ਚੰਗੇ ਵੱਡੇ ਮੇਰੇ ਕੋਲ ਇਹਦੇ ਤਾਂ ਫਿਰ ਕਾਰਡ ਹੀ ਤੋੜ ਦੇਣਾ ਜਿੰਨੀ ਇਹਦੀ ਔਲਾਦ ਸੀ ਇੱਕੋ ਨਹੀਂ ਹੈ ਮੇਰੇ ਕੋਲ ਇਹਦੇ ਅੱਜ ਚੇਤਾ ਆਉਂਦਾ ਉਸ ਕਬੂਤਰ ਦਾ ਉਹਦਾ ਬੰਦੇ ਮਰ ਜਾਂਦੇ ਫਿਰ ਕੀ ਕਰੀਏ ਹੁਣ ਜਦੋਂ ਵੀ ਹੁਣ 60 ਸਾਲ ਹੋ ਗਏ ਜੀ
ਸਾਡੇ ਕੋਲ ਉਹਦੀ ਨਸਲ ਤੂੜੀ ਉਹਦੀ ਮੇਰੇ ਚੇਲਿਆਂ ਕੋਲ ਜਦੋਂ ਵੱਜਿਆ ਚੁੱਕੀ ਦੇ ਕੋਲ ਕਈ ਆਖਣ ਸਾਡੇ ਕੋਲ ਵੱਜੇ ਕਿੱਥੋਂ ਆ ਗਏ ਕਦੇ ਹੂ ਬਹੂ ਉਹਦੀ ਜਮਾਂ ਸੇਮ ਸ਼ਕਲ ਦਾ ਕੱਢਿਆ ਬੱਚਾ ਕੋਈ ਹੈਗਾ ਆਪਣੇ ਕੋਲ ਹੁਣ ਇੱਥੇ ਜਾਂ ਤੁਹਾਡੇ ਯਾਰ ਪਾ ਕੇ ਜਾ ਲਿਆ ਵੀ ਕਬੂਤਰ ਸਾਰੇ ਰੰਗ ਕੱਢਦਾ ਹੀ ਹੋਣਾ ਜੀ ਲਾਲ ਚੀਨੇ ਲਾਲ ਚੀਨੇ ਵੀ ਕਾਲ ਕਾਂਤੇ ਚੀਨੇ ਲਾਲ ਸਿਰੇ ਖੱਟੀਆਂ ਚਿੱਟੀਆਂ ਬਰਡੇ ਅੱਖਾਂ ਵੀ ਸਾਰੀਆਂ ਕੱਢ ਜਾਂਦੀਆਂ ਰੰਗ ਸਾਰੇ ਕੱਢਦਾ ਆਪਾਂ ਕਿਉਂ ਝੂਠ ਮਾਰੀ।